ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੀ ਕੁਝ ਯੂਨੀਵਰਸਿਟੀਜ਼ ਨੇ ਪੰਜਾਬ ਅਤੇ ਹਰਿਆਣਾ ਸਟੂਡੈਂਟਸ ਲਈ ਸੀਟਸ ਖੋਲ ਦਿੱਤੀਆਂ ਨੇ ਔਰ ਹੁਣ ਕਿਹੜੇ ਸਟੂਡੈਂਟ ਫਟਾਫਟ ਅਪਲਾਈ ਕਰਕੇ ਫਾਇਦਾ ਲੈ ਸਕਦੇ ਨੇ ਆਪਾਂ ਜੁਲਾਈ ਇਨਟੇਕ ਦੇ ਉੱਪਰ ਅਗਰ ਫੋਕਸ ਕਰੀਏ ਕਿੰਨੇ ਕੁ ਚਾਂਸਿਸ ਕਿਹੜੇ ਸਟੂਡੈਂਟਸ ਦੇ ਕਿਹੜੀ ਪ੍ਰੋਫਾਈਲਸ ਦੇ ਨੇ ਕਿਸ ਤਰ੍ਹਾਂ ਦੇ ਪ੍ਰੋਸੈਸ ਦੇ ਨਾਲ ਆਪਾਂ ਅੱਗੇ ਚੱਲੀਏ ਤਾਂ ਲੱਗਦਾ ਹੈ ਕਿ ਵਾਕਈ ਹੁਣ ਅੱਗੋਂ ਆਉਣ ਵਾਲੇ ਟਾਈਮ ਵਿੱਚ ਜੋ ਹੈ ਪੋਜ਼ਿਟਿਵ ਰਿਜ਼ਲਟਸ ਕਾਫੀ ਅੱਛੇ ਰਿਜ਼ਲਟਸ ਦੇਖਣ ਵਾਲੇ ਨੇ ਟ੍ਰੈਂਡ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਸਪੈਸ਼ਲੀ ਜਿਹੜਾ ਕੁਝ ਯੂਨੀਵਰਸਿਟੀਜ਼ ਨੇ ਪੰਜਾਬ ਅਤੇ ਹਰਿਆਣਾ ਸਟੂਡੈਂਟਸ ਲਈ ਸੀਟਸ ਖੋਲੀਆਂ ਇਸ ਉੱਪਰ ਵੀ ਇਨਫੋਰਮੇਸ਼ਨ ਪੂਰੇ ਤੌਰ ਤੇ ਸਾਂਝੀ ਕਰਾਂਗੇ ਤੁਹਾਡੇ ਨਾਲ ਔਰ ਇਹ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਸੋ ਨੈਵੀਗੇਟਰਸ ਓਵਰਸੀਜ਼ ਕੰਪਨੀ 27 ਸਾਲਾਂ ਤੋਂ ਸਟੂਡੈਂਟਸ ਨੂੰ ਗਾਈਡ ਕਰ ਰਹੇ ਨੇ ਮੈਮ ਜੋ ਹੈ ਰਿਸਰਚ ਵਰਕ ਪੂਰਾ ਬਹੁਤ ਕਰਦੇ ਨੇ ਤਾਂ ਕਿ ਹਰ ਤਰ੍ਹਾਂ ਦੀ ਪ੍ਰੋਫਾਈਲ ਦੇ ਸਟੂਡੈਂਟ ਦੇ ਲਈ ਇੱਕ ਚੰਗੀ ਆਪਸ਼ਨ ਉਹਨਾਂ ਨੂੰ ਗਾਈਡ ਕਰ ਸਕਣ ਮੈਮ ਅੱਜ ਆਪਾਂ ਜਦੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ ਪਹਿਲਾਂ ਤਾਂ ਇਹ ਦੱਸੋ ਕਿ ਓਵਰਆਲ ਟ੍ਰੈਂਡ ਕਿਸ ਤਰ੍ਹਾਂ ਦਾ ਹੁਣ ਚੱਲ ਰਿਹਾ ਸਟੂਡੈਂਟਸ ਜੋ ਹੈ ਇੱਕ ਥੋੜ੍ਹੀ ਨੈਗੇਟਿਵਿਟੀ ਕਿਉਂ ਸਟੂਡੈਂਟਸ ਦੇ ਮਨ ਵਿੱਚ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਦੂਸਰਾ ਜਿਹੜਾ ਹੁਣ ਅਪਡੇਟ ਆਪਾਂ ਕਹਿ ਸਕਦੇ ਹਾਂ ਕੁਝ ਯੂਨੀਵਰਸਿਟੀਜ਼ ਨੇ ਪੰਜਾਬ ਅਤੇ ਹਰਿਆਣਾ ਸਟੂਡੈਂਟਸ ਲਈ ਸੀਟਸ ਖੋਲੀਆਂ ਨੇ ਜੁਲਾਈ ਇਨਟੇਕ ਦੇ ਉੱਪਰ ਫੋਕਸ ਕਰੀਏ ਤਾਂ ਤੁਸੀਂ ਕਿਸ ਤਰ੍ਹਾਂ ਨਾਲ ਸਟੂਡੈਂਟਸ ਨੂੰ ਹੁਣ ਇੱਥੇ ਗਾਈਡ ਕਰਨਾ ਚਾਹੋਗੇ ਦੇਖੋ ਹਰਜੋਤ ਸਟੂਡੈਂਟਸ ਦਾ ਮਨਪਸੰਦ ਕੰਟਰੀ ਰਿਹਾ ਹਮੇਸ਼ਾ ਹੀ ਆਸਟ੍ਰੇਲੀਆ ਜੀ ਕਿਉਂਕਿ ਉੱਥੇ ਇੰਪਲਾਇਮੈਂਟ ਦੇ ਕਦੇ ਕੋਈ ਪ੍ਰੋਬਲਮ ਨਹੀਂ ਆਈ ਆਸਟ੍ਰੇਲੀਆ ਦੇ ਵਿੱਚ ਸਟੂਡੈਂਟਸ ਨੂੰ ਜੀ ਉਸ ਕਰਕੇ ਜਿਹੜਾ ਸਟੂਡੈਂਟ ਜਾਂਦਾ ਖੁਸ਼ਹਾਲ ਜ਼ਿੰਦਗੀ ਆਪਣੀ ਦੇਖਣਾ ਚਾਹੁੰਦਾ ਜਾਣਦੇ ਸਾਰ ਉਹਨਾਂ ਦੇ ਖਰਚੇ ਨਿਕਲਣਾ ਸ਼ੁਰੂ ਹੋ ਜਾਣ ਇਹ ਇਹਨਾਂ ਦਾ ਇੱਕ ਜਿਹੜਾ ਕਹੋ ਕਿ ਤਰੀਕਾ ਰਿਹਾ ਸੋਚਣ ਦਾ ਆਸਟ੍ਰੇਲੀਆ ਦੇ ਵਿੱਚ ਇੰਨੇ ਕੁ ਸਟੂਡੈਂਟ ਨੂੰ ਵੀਜ਼ਾ ਦਿੱਤਾ ਗਿਆ ਪਿੱਛੇ ਕਿ ਉਹਨਾਂ ਦੇ ਕੋਲ ਸਟੂਡੈਂਟ ਪਾਪੂਲੇਸ਼ਨ ਬਹੁਤ ਜ਼ਿਆਦਾ ਹੋ ਗਈ ਇਲੈਕਸ਼ਨ ਆਉਣ ਵਾਲੇ ਆ ਇਸ ਕਰਕੇ ਥੋੜ੍ਹਾ ਜਿਹਾ ਕੰਟਰੋਲ ਕੀਤਾ ਗਿਆ ਤੁਸੀਂ ਇਹ ਦੇਖੋ ਕਿ ਪਹਿਲੇ 5.5 ਬੈਂਡ 'ਚ ਵੀ ਵੀਜ਼ੇ ਦਿੱਤੇ ਗਏ ਆ ਡਿਪਲੋਮਾ ਕੋਰਸ 'ਚ ਕੋਰਸਿਸ 'ਚ ਵੀ ਵੀਜ਼ੇ ਆਏ ਆ ਜਾਂ ਕੋਲੇਜਿਸ ਦੇ ਵੀ ਵੀਜ਼ੇ ਆਏ ਆ ਜੇ ਜ਼ਿਆਦਾ ਸਟੂਡੈਂਟ ਪਹੁੰਚ ਗਏ ਤਾਂ ਨੈਚੁਰਲ ਹੈ ਥੋੜ੍ਹਾ ਜਿਹਾ ਸਟ੍ਰਿਕਟਨੈਸ ਆਉਣੀ ਸੀ ਉਹ ਸਟ੍ਰਿਕਟਨੈਸ ਦੇਖਣ 'ਚ ਮਿਲ ਰਹੀ ਹੈ ਇੱਕ ਤਾਂ 23 ਮਾਰਚ ਤੋਂ ਜਿਹੜਾ ਜੀ ਟੀ ਰਿਪਲੇਸ ਹੋ ਗਿਆ ਜੀ ਐੱਸ ਜੈਨਿਊਨ ਸਟੂਡੈਂਟ ਉਹਨੂੰ ਇਹਦੇ ਨਾਲ ਵਰਡ ਲੱਗ ਜਾਂਦਾ ਜੀ ਐੱਸ ਟੀ ਜੈਨਿਊਨ ਸਟੂਡੈਂਟ ਟੈਸਟ ਵੀ ਜਿਹਨੂੰ ਕਹਿ ਦਿੰਦੇ ਆ ਉਹ ਹੁਣ 23 ਮਾਰਚ ਤੋਂ ਸਟਾਰਟ ਹੋ ਚੁੱਕਿਆ ਜਿਹਦੇ ਵਿੱਚ ਕਿ ਖਾਲੀ ਔਰ ਖਾਲੀ 4 ਕੁਸ਼ਚਨ ਹੈ ਇਮੀਗ੍ਰੇਸ਼ਨ ਫੋਰਮ 'ਚ ਜਿਹੜਾ ਸਟੂਡੈਂਟ ਵੀਜ਼ਾ ਦੀ ਫਾਈਲ ਲੱਗਦੀ ਹੈ ਉਹਦੇ ਵਿੱਚ ਸਟੂਡੈਂਟ ਨੇ ਓਨੈਸਟਲੀ ਰਿਪਲਾਈ ਕਰਨੇ ਆ ਕਿ ਇਕਨੋਮਿਕ ਕੰਡੀਸ਼ਨਸ ਕੀ ਆ ਉਹਦੀ ਵਾਈ ਦਿਸ ਯੂਨੀਵਰਸਿਟੀ ਇਹ ਕੋਰਸ ਕਰਨ ਦੇ ਬਾਅਦ ਹਾਊ ਹੀ ਵਿਲ ਇੰਪਲੀਮੈਂਟ ਦਿਸ ਕੋਰਸ ਮਤਲਬ ਉਹ ਕੈਰੀਅਰ 'ਚ ਕੀ ਕਰੇਗਾ ਔਰ ਕੋਈ ਐਡੀਸ਼ਨਲ ਆਪਣੀ ਇਨਫੋਰਮੇਸ਼ਨ ਦੇਣਾ ਚਾਹੇ ਉਹ ਦੇ ਸਕਦਾ ਅਤੇ ਜੀ ਟੀ ਜਿਹੜਾ ਹੁਣ ਜੀ ਐੱਸ ਟੀ ਤੋਂ ਰਿਪਲੇਸ ਹੋ ਗਿਆ ਟਾਈਮ ਵੀਜ਼ਾ ਨੂੰ ਜ਼ਿਆਦਾ ਲੱਗੇਗਾ ਪਹਿਲੇ 3-4 ਵੀਕਸ ਸੀਗਾ ਹੁਣ 4-6 ਵੀਕਸ ਕਰਤਾ ਦੈਟ ਮੀਨਸ ਡਾਕੂਮੈਂਟਸ ਦੀ ਸਕਰੂਟਨੀ ਜ਼ਿਆਦਾ ਹੋਏਗੀ ਫਰੋਡਲੈਂਡ ਡਾਕੂਮੈਂਟਸ ਦੀ ਪਹਿਲੇ ਕੁਛ ਪਹੁੰਚੇ ਹੋਣਗੇ ਤਾਂ ਹੀ ਉਹਨਾਂ ਨੇ ਸਕਰੂਟਨੀ ਜ਼ਿਆਦਾ ਕੀਤੀ ਹੈ ਹਰ ਸਟੂਡੈਂਟ ਆਪਣੇ ਐਜੂਕੇਸ਼ਨ ਕੁਆਲੀਫਿਕੇਸ਼ਨ ਦੇ ਵਾਸਤੇ ਜਿਹੜਾ ਹੈ ਤਾਂ ਡੀਜ਼ੀ ਲੋਕਰ ਦਾ ਨੰਬਰ ਜ਼ਰੂਰ ਆਪਣੇ ਰੱਖੇ ਆਪਣੀ ਈਮੇਲ ਆਈ ਡੀ ਜੋ ਵੀ ਹੈ ਡਾਕੂਮੈਂਟ ਵੈਰੀਫਾਈ ਬੈਂਕ ਅਕਾਊਂਟ ਉਹਦੇ ਵੈਰੀਫਿਕੇਸ਼ਨ ਦੇ ਨਾਲ ਜਾਣ ਔਰ ਕੋਈ ਐਕਸਪੀਰੀਅੰਸ ਕੁਛ ਵੀ ਹੈ ਉਹ ਵੈਰੀਫਾਈਡ ਹੋਣ ਅਤੇ ਜਿਸ ਤੋਂ ਬੱਚੇ ਦੀ ਫਾਈਲ ਜਲਦੀ ਨਿਕਲ ਜਾਏਗੀ ਤੁਸੀਂ ਇਹ ਦੇਖੋ ਕਿ ਜਿਨ੍ਹਾਂ ਦੇ ਸਾਫ਼ ਸੁਥਰੇ ਡਾਕੂਮੈਂਟਸ ਹੈ ਉਹਨਾਂ ਦਾ ਆਟੋ ਗ੍ਰਾਂਟ ਵੀ ਆਉਂਦਾ ਆਟੋ ਗ੍ਰਾਂਟ ਦਾ ਮਤਲਬ ਕੀ ਹੈ ਵੀਜ਼ਾ ਨਾਲ ਦੀ ਨਾਲ ਆ ਗਿਆ ਥੋੜ੍ਹਾ ਜਿਹਾ ਸਟੂਡੈਂਟਸ ਨੂੰ ਸੁਚੇਤ ਰਹਿਣਾ ਪਏਗਾ ਕਿ ਹੁਣ ਜਿਹੜੀ ਪ੍ਰਿਓਰਿਟੀ ਉਹਨਾਂ ਦੀ ਰਹੇਗੀ ਉਹ ਅੱਛੀ ਯੂਨੀਵਰਸਿਟੀਆਂ ਨੂੰ ਰੈਂਕਿੰਗ ਜਿਨ੍ਹਾਂ ਦੀ ਬਹੁਤ ਅੱਛੀ ਰੈਂਕਿੰਗ ਹੈ ਕੋਰਸਿਸ ਇੰਜੀਨੀਅਰਿੰਗ ਜਾਂ ਆਈ ਟੀ ਦੇ ਬਹੁਤ ਅੱਛੇ ਕੋਰਸਿਸ ਹੈ ਉਹਨਾਂ ਦੇ ਰਿਲੇਟਿਡ ਵੀਜ਼ਾ ਸੰਭਾਵਨਾ ਜ਼ਿਆਦਾ ਰਹੇਗੀ ਜਿਹੜੇ ਵੀ ਸਟੂਡੈਂਟ ਹੈ ਜਿਨ੍ਹਾਂ ਦਾ ਪ੍ਰੋਫਾਈਲ ਥੋੜ੍ਹਾ ਘੱਟ ਹੈ ਜਾਂ ਜਿਨ੍ਹਾਂ ਦੀ ਜੀ ਟੀ ਦੇ ਡਾਕੂਮੈਂਟਸ ਅੱਛੇ ਨੇ ਇਨਕਮ ਦੇ ਡਾਕੂਮੈਂਟਸ ਅੱਛੇ ਨਹੀਂ ਹੈ ਫੰਡਸ ਉਨੇ ਅੱਛੇ ਨਹੀਂ ਹੈ ਉਹ ਸਟੂਡੈਂਟ ਪਲੀਜ਼ ਆਸਟ੍ਰੇਲੀਆ ਨੂੰ ਇਸ ਟਾਈਮ ਅਵੋਇਡ ਕਰੋ ਫਾਰ ਅ ਈਅਰ ਕਿਉਂਕਿ ਲੱਗ ਰਿਹਾ ਕਿ ਇੱਦਾਂ ਦਾ ਮਾਹੌਲ ਹੋਣ ਵਾਲਾ ਹੈ ਬਟ ਜਿਨ੍ਹਾਂ ਦੇ ਅੱਛੇ ਪ੍ਰੋਫਾਈਲ ਹੈ ਉਹ ਤੁਸੀਂ ਬਿਲਕੁਲ ਨਾ ਡਰੋ ਵੀਜ਼ਾ ਸਕਸੈਸ ਰੇਟ ਅੱਛਾ ਰਹੇਗਾ ਬਟ ਸਟੂਡੈਂਟ ਪ੍ਰੋਫਾਈਲ ਅੱਛਾ ਹੋਣਾ ਚਾਹੀਦਾ ਅੱਛੀ ਯੂਨੀਵਰਸਿਟੀਆਂ 'ਚ ਅਪਲਾਈ ਕਰਨਾ ਤੁਹਾਡੇ ਇਨਕਮ ਅੱਛੀ ਹੋਣੀ ਚਾਹੀਦੀ ਹੈ ਔਰ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਅਕੈਡਮਿਕ ਪਲੱਸ ਟੂ ਦੇ ਸਟੂਡੈਂਟ ਤਾਂ 1 ਈਅਰ ਤੋਂ ਜ਼ਿਆਦਾ ਗੈਪ ਨਹੀਂ ਹੋਣਾ ਚਾਹੀਦਾ ਪਰਸੈਂਟੇਜ 65-70% ਤੁਸੀਂ ਲੈ ਕੇ ਚਲੋ ਸਕਸੈਸਫੁਲ ਪ੍ਰੋਫਾਈਲ ਵਾਸਤੇ ਗ੍ਰੈਜੂਏਸ਼ਨ ਵਾਲੇ ਬੱਚੇ ਸੈਕਸ਼ਨ 1 ਯੂਨੀਵਰਸਿਟੀ ਦੇ ਪੜ੍ਹੇ ਹੋਣ ਅਤੇ ਉਹਨਾਂ ਦੀ ਮਿਨੀਮਮ 60% ਹੋਏ
IELTS 6.5 not less than 6 या 6 each ਸਾਰਿਆਂ 'ਚ ਡਿਪੈਂਡ ਕਰਦਾ ਪਲੱਸ 2 ਐਂਡ ਪੋਸਟ ਗ੍ਰੈਜੂਏਸ਼ਨ ਇਹ ਸਾਰਾ ਅਗਰ ਪ੍ਰੋਫਾਈਲ ਹੈ ਤੁਸੀਂ ਬਿਲਕੁਲ ਨਾ ਡਰੋ ਲੇਕਿਨ ਹੁਣ ਜਿਹੜੇ ਪ੍ਰੋਫਾਈਲ ਦੀ ਕੋਈ ਪ੍ਰੋਬਲਮ ਹੈ ਉਸ ਜਿਹੜੀ ਐਡੀਸ਼ਨਲ ਕੰਟਰੀਜ਼ ਨਿਊਜ਼ੀਲੈਂਡ ਬਹੁਤ ਅੱਛਾ ਕੰਟਰੀ ਹੈ ਫੀਸ ਵੀਜ਼ਾ ਦੇ ਬਾਹਰ ਜਾਂਦੀ ਹੈ ਤੁਸੀਂ ਉਹ ਕੰਟਰੀਜ਼ ਦੀ ਆਪਸ਼ਨ ਨਾਲ ਲੈ ਕੇ ਚੱਲੋ ਕਿ ਜਿੱਥੇ ਤੁਹਾਨੂੰ ਪ੍ਰੋਬਲਮ ਨਾ ਆਏ ਬਾਕੀ ਸਾਡੇ ਐਕਸਪੀਰੀਅੰਸਡ ਕਾਉਂਸਲਰਸ ਹੈ ਕੰਟਰੀ ਵਾਈਜ਼ ਤੁਹਾਨੂੰ ਗਾਈਡ ਕਰ ਸਕਦੇ ਆ ਮੇਰੀ ਇੱਕ ਵੀਡੀਓ ਹੈ ਜਿਹਦੇ ਵਿੱਚ ਮੈਂ US ਦਾ ਬਹੁਤ ਅੱਛਾ ਦੱਸਿਆ ਵਾਈ ਯੂ ਸ਼ੁੱਡ ਟੇਕ USA ਤਾਂ ਤੁਸੀਂ ਉਸ ਵੀਡੀਓ ਨੂੰ ਵੀ ਦੇਖ ਸਕਦੇ ਹੋ ਅਦਰਵਾਈਜ਼ ਤੁਹਾਨੂੰ ਅਸੀਂ ਐਡੀਸ਼ਨਲ ਕੰਟਰੀਜ਼ ਜਿਹੜੀ ਅੱਛੀ ਕੰਟਰੀ ਹੈ ਲਾਈਫ 'ਚ ਮੈਂ ਹਮੇਸ਼ਾ ਬੜੀ ਕੰਟਰੀਜ਼ ਨੂੰ ਪ੍ਰਮੋਟ ਕੀਤਾ ਬਹੁਤ ਛੋਟੀ ਕੰਟਰੀਆਂ ਨੂੰ ਮੈਂ ਪ੍ਰਮੋਟ ਨਹੀਂ ਕੀਤਾ ਔਰ ਫਿਰ ਵੀ ਤੁਹਾਨੂੰ ਸਕਸੈਸ ਰੇਟ ਜ਼ਿਆਦਾ ਚਾਹੀਦਾ ਔਰ ਪਹੁੰਚਣਾ ਹੀ ਆਸਟ੍ਰੇਲੀਆ ਤੁਸੀਂ 1 ਸਾਲ ਪਾਥਵੇ ਪ੍ਰੋਗਰਾਮ ਸਿੰਗਾਪੁਰ ਜਾਂ ਕੋਈ ਦੂਸਰੀ ਕੰਟਰੀ ਜਿਹੜੀ ਯੂਨੀਵਰਸਿਟੀਆਂ ਦੇ ਟਾਈਅਪ ਹੈ ਉੱਥੇ ਕਰਕੇ ਸੈਕਿੰਡ ਈਅਰ ਆਸਟ੍ਰੇਲੀਆ ਪਹੁੰਚ ਸਕਦੇ ਹੋ ਆਸਟ੍ਰੇਲੀਆ ਦੇ ਦਰਵਾਜ਼ੇ ਫਿਰ ਵੀ ਤੁਹਾਡੇ ਵਾਸਤੇ ਬੰਦ ਨਹੀਂ ਹੋਏ ਪੇਸ਼ੈਂਸ ਤੁਹਾਡੇ 'ਚ ਹੋਣਾ ਬਿਲਕੁਲ ਬਿਲਕੁਲ ਦੇਖੋ ਮੈਮ ਨੇ ਹਰ ਢੰਗ ਦੇ ਨਾਲ ਤੁਹਾਨੂੰ ਦੱਸਿਆ ਕਿ ਆਸਟ੍ਰੇਲੀਆ ਪਹੁੰਚਣਾ ਤਾਂ ਇੰਨਾ ਟਫ ਨਹੀਂ ਹੈ ਕਿ ਸਟੂਡੈਂਟ ਸੋਚੇ ਕਿ ਪਤਾ ਨਹੀਂ ਸਾਡੇ ਸਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਅਸੀਂ ਅਪਲਾਈ ਕਰ ਸਕਦੇ ਹਾਂ ਕਿ ਨਹੀਂ ਸੋ ਪਾਥਵੇ ਪ੍ਰੋਗਰਾਮ ਵੀ ਹੈ ਡਾਇਰੈਕਟ ਜਿਨ੍ਹਾਂ ਨੇ ਅਪਲਾਈ ਕਰਨਾ ਉਹਨਾਂ ਲਈ ਵੀ ਬਹੁਤ ਚੰਗੀ ਆਪਸ਼ਨਸ ਹੈ ਜ਼ਰੂਰ ਨੈਵੀਗੇਟਰਸ ਓਵਰਸੀਜ਼ ਵੱਲੋਂ ਪੂਰੀ ਹਰ ਪ੍ਰੋਫਾਈਲ ਦੇ ਅਕੋਰਡਿੰਗਲੀ ਹਰ ਤਰੀਕਾ ਜੋ ਹੈ ਹਰ ਚੰਗੀ ਆਪਸ਼ਨ ਤੁਹਾਨੂੰ ਗਾਈਡ ਕੀਤੀ ਜਾਂਦੀ ਹੈ ਸੋ ਕੋਈ ਸਵਾਲ ਹੈ ਤੁਹਾਡਾ ਕੋਈ ਡਾਊਟ ਹੈ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਨੈਵੀਗੇਟਰਸ ਓਵਰਸੀਜ਼ ਹੈ ਇਸ ਉੱਪਰ ਕਾਲ ਕਰੋ ਪੂਰੀ ਜਾਣਕਾਰੀ ਲਓ ਮੈਮ ਨੂੰ ਮਿਲਣਾ ਚਾਹੁੰਦੇ ਹੋ ਤਾਂ ਜ਼ਰੂਰ ਇਹਨਾਂ ਦੇ ਆਫਿਸ ਵਿਜ਼ਿਟ ਕਰੋ ਤਾਂ ਕਿ ਸਹੀ ਤਰੀਕੇ ਨਾਲ ਤੁਹਾਡੇ ਡਾਕੂਮੈਂਟਸ ਦੀ ਅਸੈਸਮੈਂਟ ਹੋ ਸਕੇ ਤੁਹਾਨੂੰ ਰਾਈਟ ਆਪਸ਼ਨਸ ਗਾਈਡ ਕੀਤੀਆਂ ਜਾ ਸਕਣ ਬਹੁਤ ਬਹੁਤ ਥੈਂਕਸ ਮੈਮ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਇਨਫੋਰਮੇਸ਼ਨ ਤੁਸੀਂ ਪੂਰੀ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਕਮੈਂਟ ਸੈਕਸ਼ਨ ਵਿੱਚ ਵੀ ਸਟੂਡੈਂਟਸ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਨੇ ਅਤੇ ਅੱਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਫਿਲਹਾਲ ਲਈ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ ਥੈਂਕ ਯੂ